ਸਤਿ ਸ਼੍ਰੀ ਅਕਾਲ। ਜਸ ਪੰਜਾਬੀ ਅਤੇ ਪੰਜਾਬ ਬੋਲਦਾ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਕੁਲਵਿੰਦਰ ਸਿੰਘ ਅਤੇ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਹਾਂ, ਜਿੱਥੇ ਕਿ ਪੁਸਤਕ ਮੇਲੇ ਦੀ ਸ਼ੁਰੂਆਤ ਹੋਈ ਹੈ। 1 ਫਰਵਰੀ ਤੋਂ ਲੈ ਕੇ 9 ਫਰਵਰੀ ਤੱਕ ਇਹ ਪੁਸਤਕ ਮੇਲਾ ਇੱਥੇ ਚੱਲੇਗਾ ਅਤੇ ਇਸ ਦੇ ਵਿੱਚ ਪੰਜਾਬੀ, ਹਿੰਦੀ, ਉਰਦੂ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਦੀਆਂ ਪੁਸਤਕਾਂ ਤੋਂ ਇਲਾਵਾ ਤਮਾਮ ਤਰ੍ਹਾਂ ਦੇ ਹੋਰ ਜਿਹੜੇ ਨੇ ਸਮਾਗਮ ਵੀ ਇੱਥੇ ਰੱਖੇ ਗਏ ਨੇ ਅਤੇ ਪੁਸਤਕ ਪ੍ਰੇਮੀ ਇੱਥੇ ਪਹੁੰਚੇ ਹੋਏ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦਾ ਸਾਹਿਤ ਮੌਜੂਦਾ ਵੇਲੇ ਉਹ ਪੜ੍ਹ ਰਹੇ ਨੇ ਅਤੇ ਇੱਕ ਸਵਾਲ ਵੱਡਾ ਜਿਹੜਾ ਕਿਤਾਬਾਂ ਨੂੰ ਲੈ ਕੇ ਉੱਠ ਰਿਹਾ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਕਿਤਾਬਾਂ ਤੋਂ ਦੂਰ ਹੋ ਰਹੀ ਹੈ, ਉਸ ਬਾਰੇ ਵੀ ਨੌਜਵਾਨਾਂ ਤੋਂ ਅਤੇ ਖਾਸ ਤੌਰ ਦੇ ਉੱਤੇ ਜੋ ਪ੍ਰਕਾਸ਼ਕ ਇੱਥੇ ਪਹੁੰਚੇ ਹੋਏ ਨੇ, ਪੁਸਤਕਾਂ ਦੇ ਸਟਾਲ ਜਿਨ੍ਹਾਂ ਨੇ ਲਾਏ ਹੋਏ ਨੇ, ਉਹਨਾਂ ਨਾਲ ਗੱਲ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਵੱਡੇ ਪੱਧਰ 'ਤੇ ਨੌਜਵਾਨ ਪਹੁੰਚ ਰਹੇ ਨੇ ਅਤੇ ਇਸ ਦੌਰਾਨ ਇਹ ਨੌਜਵਾਨ ਕਿਹੜੀਆਂ ਕਿਹੜੀਆਂ ਕਿਤਾਬਾਂ ਜਿਹੜੀਆਂ ਨੇ ਉਹ ਖਰੀਦ ਰਹੇ ਨੇ। ਨੈਸ਼ਨਲ ਬੁੱਕ ਟਰੱਸਟ ਅਤੇ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਜਿਹੜਾ ਹੈ ਇਸ ਪੁਸਤਕ ਮੇਲੇ ਦੀ ਇੱਥੇ ਪ੍ਰਬੰਧ ਕੀਤਾ ਗਿਆ ਹੈ। ਬਹੁਤ ਸਾਰੇ ਲੋਕ ਦੇਖੀਏ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਖਰੀਦਦਾਰੀ ਜਿਹੜੀ ਕਰ ਰਹੇ ਨੇ ਕਿਤਾਬਾਂ ਦੀ, ਵੱਖ ਵੱਖ ਤਰ੍ਹਾਂ ਦੇ ਕਿਤਾਬਾਂ ਜਿਹੜੀਆਂ ਨੇ ਇੱਥੇ ਮੌਜੂਦ ਨੇ, ਨਾਵਲਾਂ ਤੋਂ ਲੈ ਕੇ ਬੱਚਿਆਂ ਦੇ ਲਈ ਖਾਸ ਤਰ੍ਹਾਂ ਦੇ ਉੱਤੇ ਕਹਾਣੀਆਂ 'ਤੇ ਆਧਾਰਿਤ ਕਿਤਾਬਾਂ ਜਿਹੜੀਆਂ ਨੇ, ਹੋਰ ਕਈ ਤਰ੍ਹਾਂ ਦੇ ਕਹਾਣੀਆਂ ਦੇ ਆਧਾਰਿਤ ਨੋਵਲ ਜਿਹੜੇ ਨੇ ਵੱਖ ਵੱਖ ਇੱਥੇ ਰੱਖੇ ਗਏ ਨੇ। ਭਾਸ਼ਾਵਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ, ਉਰਦੂ ਦੇ ਵਿੱਚ ਅਤੇ ਅੰਗਰੇਜ਼ੀ ਦੇ ਵਿੱਚ ਸਾਹਿਤ ਜਿਹੜਾ ਹੈ ਇੱਥੇ ਮੌਜੂਦ ਹੈ। ਕਾਫੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ। ਸਮਾਂ ਜਿਹੜਾ ਹੈ ਉਹ ਸਵੇਰੇ 11 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਜਿਹੜਾ ਸਮਾਂ ਇੱਥੇ ਰੱਖਿਆ ਗਿਆ ਹੈ ਅਤੇ ਇੱਥੇ ਲੋਕ ਜਿਹੜੇ ਨੇ ਤੁਸੀਂ ਵੇਖ ਸਕਦੇ ਹੋ ਕਿੰਨੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ। ਇੱਥੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਸਰ, ਕਿੰਨੇ ਕੁ ਲੋਕ ਇੱਥੇ ਪਹੁੰਚ ਰਹੇ ਹੈ ਅਤੇ ਕਿਸ ਤਰੀਕੇ ਦਾ ਰਿਸਪੋਂਸ ਹੈ? ਰਿਸਪੋਂਸ ਸਰ ਕਾਫੀ ਅੱਛਾ ਰਿਸਪੋਂਸ ਮਿਲ ਰਿਹਾ ਹੈ ਪੇ, ਮਤਲਬ ਕਿ ਪਰ ਡੇ ਕੇ ਜੋ ਐਵਰੇਜ ਹੈ ਜੋ ਮੈਂ ਫੇਸ ਕਰ ਰਹਾ ਹਾਂ, 300-350 ਕਸਟਮਰ ਮੇਰੇ ਪਾਸ ਆ ਜਾ ਰਹੇ ਹੈ, ਜੋ ਆ ਜਾ ਰਹੇ ਹੈ। ਅਤੇ ਕਿਸ ਤਰੀਕੇ ਦਾ ਲਿਟਰੇਚਰ ਖਰੀਦ ਰਹੇ? ਲਿਟਰੇਚਰ ਬਾਇਓਗ੍ਰਾਫੀ ਹੈ, ਇਹ ਆਦਾਨ ਪ੍ਰਦਾਨ ਕੀ ਸੀਰੀਜ਼ ਹੈ, ਔਰ ਇਹ ਸਟੋਰੀ ਬੁੱਕ ਹੈ ਬੱਚੋਂ ਕੀ, ਔਰ ਇਹ ਸਾਇੰਸ ਸੀਰੀਜ਼ ਹੈ ਹਮਾਰੇ ਪਾਸ। ਕਾਫੀ ਤਰ੍ਹਾਂ ਦੀ ਕਿਤਾਬਾਂ ਹਮਾਰੇ ਪਾਸ ਜੋ ਅੱਛੇ ਲੱਗ ਰਹੇ ਉਨਕੋ। ਤੁਸੀਂ ਇੱਥੇ ਥੋੜ੍ਹੇ ਸਟਾਲਾਂ ਬਾਰੇ ਜੇਕਰ ਸਾਨੂੰ ਦੱਸ ਸਕੋ ਕਿ ਕਿਸ ਕਿਸ ਤਰੀਕੇ ਦਾ ਲਿਟਰੇਚਰ ਹੈ, ਕਿਹੜੇ ਕਿਹੜੇ ਸਟਾਲ ਨੇ, ਕੀ ਕੀ ਇੱਥੇ ਪ੍ਰਬੰਧ ਨੇ? ਲਿਟਰੇਚਰ ਸਰ ਜ਼ਿਆਦਾ ਤੋਂ ਜ਼ਿਆਦਾ ਬਾਇਓਗ੍ਰਾਫੀ ਹੈ, ਸਟੋਰੀ ਬੁੱਕ ਹੈ ਜੋ ਬੱਚੇ ਪਸੰਦ ਕਰਦੇ ਹੈ, ਸਟੋਰੀ ਬੁੱਕ ਯਹਾਂ ਪੇ ਜ਼ਿਆਦਾ ਹੈ। ਹਾਂਜੀ ਹਾਂਜੀ ਠੀਕ ਹੈ, ਅਤੇ ਚੰਗਾ ਰਿਸਪੋਂਸ ਮਿਲ ਰਿਹਾ? ਹਾਂਜੀ, ਚੰਗਾ ਰਿਸਪੋਂਸ। ਠੀਕ ਹੈ ਜੀ। ਭਾਅ ਜੀ ਕੀ ਨਾਮ ਤੁਹਾਡਾ? ਦਿਨੇਸ਼ ਨੇ। ਦਿਨੇਸ਼, ਕੀ ਕਹਿਣਾ ਚਾਹੋਗੇ, ਕਿਸ ਤਰੀਕੇ ਦਾ ਇੱਥੇ ਇੰਤਜ਼ਾਮ ਲੱਗਿਆ ਅਤੇ ਕਿਸ ਤਰੀਕੇ ਦਾ ਲਿਟਰੇਚਰ ਇੱਥੇ ਮੌਜੂਦ ਹੈ? ਐਨਬੀਟੀ ਦੇ ਬਾਰੇ ਪੁੱਛ ਰਹੇ ਹੋ, ਪੂਰੇ ਬੁੱਕ ਫੇਅਰ ਦੇ ਬਾਰੇ? ਬੁੱਕ ਫੇਅਰ ਦੇ ਬਾਰੇ ਕਾਫੀ ਅੱਛਾ, ਮਤਲਬ ਮੈਂ ਕਹਾਂਗਾ ਰਿਸਪੋਂਸ ਆਇਆ ਹੈ ਯਹਾਂ ਪਰ, ਕਿਉਂਕਿ ਯੂਨੀਵਰਸਿਟੀ ਸਟੂਡੈਂਟਸ ਤੋਂ ਡੈਫੀਨੇਟਲੀ ਦੇ ਟੇਕ ਇੰਟਰਸਟ ਇਨ ਰੀਡਿੰਗ ਆਲ ਕਾਇੰਡ ਆਫ ਬੁੱਕਸ। ਜੈਸੇ ਮੈਂ ਲਿਟਰੇਚਰ ਸੇ ਬਿਲੋਂਗ ਕਰਤਾ ਹੂੰ, ਲੇਕਿਨ ਮੈਂ ਸਾਇੰਸ ਕੀ ਬੁੱਕ ਖਰੀਦ ਰਹਾ ਹੂੰ, ਮੈਂ ਪੋਲੀਟਿਕਸ ਪੇ ਖਰੀਦ ਰਹਾ ਹੂੰ। ਜੈਸੇ ਆਪਣੇ ਸਾਹਮਣੇ ਬੁੱਕ ਹੈ, ਮੈਂ ਇਹ ਨੋਰਥਰੋਪ ਟੇਕ ਬੇਸਿਕ ਹਿਊਮਨ ਆਰਗਨਸ ਕੇ ਬਾਰੇ ਮੈਂ ਖਰੀਦ ਰਹਾ ਹੂੰ, ਤੋ ਉਸ ਤਰੀਕੇ ਸੇ ਦੇਖ ਸਕਤੇ ਹੈ ਕਿ, ਔਰ ਸਕੂਲ ਕੇ ਬੱਚੇ ਵੀ ਦੇਖ ਸਕਤੇ ਹੈ ਕਿ ਚੰਡੀਗੜ੍ਹ ਕੇ ਸਕੂਲੋਂ ਸੇ ਯਹਾਂ ਪਰ ਆਏ ਹੈ ਬੱਚੇ, ਉਹ ਇਸ ਤਰ੍ਹਾਂ ਸਭ ਦੇਖ ਸਕਤੇ ਹੈ ਪੀਛੇ, ਤੋ ਉਹ ਵੀ ਯਹਾਂ ਪਰ ਟੀਚਰ ਉਨਕੋ ਟੂਰ ਪੇ ਲੈ ਕੇ ਆਏ ਹੈ, ਤੋ ਦੈਟਸ ਏ ਵੈਰੀ ਗੁੱਡ ਐਫਰਟ ਹੋਣ ਦੀ ਗੱਲ। ਇਹ ਕਹੀ ਜਾ ਰਹੀ ਹੈ ਜਿਹੜੀ ਕਿ ਅੱਜ ਦੀ ਪੀੜ੍ਹੀ ਹੈ ਉਹ ਜੋ ਕਿ ਸੋਸ਼ਲ ਮੀਡੀਆ ਦੇ ਵਿੱਚ ਖਾਸ ਤੌਰ 'ਤੇ ਇਨਵੋਲਵ ਹੈ, ਕਿਤਾਬਾਂ ਤੋਂ ਦੂਰ ਹੋ ਰਹੀ ਹੈ, ਤੁਹਾਨੂੰ ਲੱਗਦਾ ਕਿ ਇਸ ਤਰੀਕੇ ਹੈ? ਨਹੀਂ, ਮੈਂ ਟੀਚ ਵੀ ਕਰਦਾ, ਮੈਂ ਪੀਐਚਡੀ ਕਰਦਾ, ਮਤਲਬ ਡਿਪਾਰਟਮੈਂਟ ਸੇ, ਤੋ ਮੈਂ ਨਹੀਂ ਸਮਝਦਾ ਕਿ ਇਹ ਬਾਤ ਹੈ। ਸੋਸ਼ਲ ਮੀਡੀਆ ਜ਼ਰੂਰ ਇੱਕ ਡਿਸਟ੍ਰੈਕਸ਼ਨ ਹੈ, ਲੇਕਿਨ ਉਸਕੇ ਬਾਵਜੂਦ ਵੀ ਬੱਚੋਂ ਮੇ ਰੀਡਿੰਗ ਕੇ ਹੈਬਿਟ ਹੈ ਉਹ ਹੈ, ਔਰ ਯੂਨੀਵਰਸਿਟੀ ਮੈਂ ਤੋ ਕਮ ਸੇ ਕਮ ਆਪ ਦੇਖਤੇ ਕਿ ਪ੍ਰੋਫੈਸਰ ਆਪਣੇ ਬੱਚੋਂ ਕੋ ਲੈ ਕੇ ਆਤੇ ਹੈ, ਹਮ ਬੱਚੋਂ ਕੋ ਇੰਸਪਾਇਰ ਕਰਤੇ ਹੈ, ਮੈਂ ਖੁਦ ਵੀ ਇੱਕ ਸਟੂਡੈਂਟ ਹੂੰ, ਸਕੋਲਰ ਹੂੰ, ਤੋ ਮੈਂ ਨਹੀਂ ਸਮਝਦਾ ਕਿ ਰੀਡਿੰਗ ਕਭੀ ਵੀ ਖਤਮ ਹੋਣੇ ਵਾਲੀ ਦੁਨੀਆ ਸੇ। ਸਮਟਾਈਮਸ ਵੀ ਗੈਟ ਇੰਟਰੈਪਟ ਕਿ ਮਤਲਬ ਸੋਸ਼ਲ ਮੀਡੀਆ ਸਭ ਕੁਝ ਖਿੱਚ ਰਿਹਾ, ਸੋਸ਼ਲ ਮੀਡੀਆ ਪੇ ਵੀ ਹਮ ਬਹੁਤ ਪੜ੍ਹਤੇ ਹੈ। ਨਾਓ ਯੂ ਕੈਨ ਸੀ ਕਿ ਅਮੇਜ਼ੋਨ ਪੇ ਇਤਨਾ ਜ਼ਿਆਦਾ ਹਮ ਬੁੱਕ ਮੰਗਾਤੇ ਹੈ, ਅਗਰ ਇਹ ਬੁੱਕ ਫੇਅਰ ਨਾ ਹੋਤਾ ਯਾ ਤੋ ਹਮ ਬਹੁਤ ਕਮ ਬੁੱਕ ਖਰੀਦਤੇ। ਅਬ ਅਮੇਜ਼ੋਨ ਪੇ ਮੈਂ ਹਰ ਦੂਸਰੇ ਤੀਸਰੇ ਦਿਨ ਬੁੱਕ ਮੰਗਵਾ ਦੇਤਾ ਹੂੰ, ਡਿਫਰੈਂਟ ਡਿਫਰੈਂਟ ਚੈਨਲਸ ਕੀ, ਕਿਉਂਕਿ ਸਸਤੀ ਵੀ ਹੋਤੀ ਹੈ, ਕਾਫੀ ਹੋਤੀ ਹੈ, ਤੋ ਇਸਕੀ ਵਜ੍ਹਾ ਸੇ ਮੈਂ ਬਿਲਕੁਲ ਆਪਕੋ ਦਾਅਵੇ ਕੇ ਸਾਥ ਕਹਿ ਸਕਤਾ ਹੂੰ ਕਿ ਬੱਚੋਂ ਮੇਂ ਇਸ ਰੀਡਿੰਗ ਕਾ ਇੰਟਰੈਸਟ ਖਤਮ ਨਹੀਂ ਹੋਗਾ, ਖਤਮ ਤੋ ਮਤਲਬ ਬੜਤਾ ਜਾ ਰਹਾ ਹੈ। ਹਾਂ, ਉਹ ਇੱਕ ਦੂਸਰਾ ਤਰੀਕਾ ਹੈ, ਪਹਿਲੇ ਹਮ ਯੂਟਿਊਬ ਕੇ ਦੁਆਰਾ ਹਮ ਦੇਖ ਸਕਤੇ ਹੈ, ਬਹੁਤ ਸੀ ਚੀਜ਼ੇ ਹਮ ਐਕਸਪਲੋਰ ਕਰ ਸਕਤੇ ਜੋ ਹਮ ਸੋਚ ਵੀ ਨਹੀਂ ਸਕਤੇ ਥੇ। ਸਮਟਾਈਮ ਇਸ ਤਰੀਕੇ ਦੇ ਜਿਹੜੇ ਬੁੱਕ ਫੇਅਰ ਹੁੰਦੇ ਨੇ ਉਹ ਉਹਨਾਂ ਦੀ ਕੀ ਤੁਸੀਂ ਇੰਪੋਰਟੈਂਟ ਸਮਝਦੇ ਹੋ ਕਿ ਕੀ ਇਹਦੇ ਨਾਲ ਫਾਇਦਾ ਹੁੰਦਾ ਜਿਹੜੇ ਰੀਡਰ ਨੇ ਅਤੇ ਜਿਹੜੇ ਹੋਰ ਲੋਕ ਨੇ ਜਿਹੜੇ ਦੂਰ ਨੇ ਕਿਤਾਬਾਂ ਤੋਂ? ਇਸੇ ਸਭ ਸੇ ਬੜਾ ਫਾਇਦਾ ਤਾਂ ਇਹ ਤੋਂ ਕਿ ਆਪਕੋ ਜੋ ਸਟ੍ਰੀਮ ਹੋਤੀ ਉਸ ਸੇ ਅਲੱਗ ਆਪਕੋ ਮੌਕਾ ਮਿਲਤਾ ਹੈ। ਜੈਸੇ ਮੈਂ ਲਿਟਰੇਚਰ ਸੀ ਹੂੰ, ਤੋ ਮੈਂ ਆਪਕੋ ਪਹਿਲੇ ਵੀ ਬਤਾਇਆ, ਤੋ ਉਸਕੀ ਬਜਾਏ ਮੈਂ ਸਾਇੰਸ ਬੱਚੋਂ ਕੀ ਸਟੋਰੀਜ਼, ਮੇਰੀ ਭਤੀਜੀ ਕੇ ਲਈ ਮੈਂ ਸਟੋਰੀਜ਼ ਲੈ ਕੇ ਜਾ ਰਹਾ ਹੂੰ, ਡਰਾਇੰਗ ਬੁੱਕਸ ਲੈ ਕੇ ਜਾ ਰਹਾ ਹੂੰ। ਦੂਸਰੀ ਬਾਤ ਇਹ ਹੈ ਕਿ ਆਪਕੋ ਇਕੱਠੇ ਹੋਣੇ ਦਾ ਮੌਕਾ ਮਿਲਤਾ ਹੈ, ਦੂਸਰੋ ਕੇ ਇੰਟਰਸਟ ਜਾਣੇ ਦਾ ਮੌਕਾ ਮਿਲਤਾ ਹੈ। ਇਸਕੇ ਇਲਾਵਾ ਇਹ ਵੀ ਕਈ ਵਾਰ ਉਹ ਰਾਈਟਰ ਕੋ ਬੁਲਾਤੇ ਹੈ, ਔਥਰ ਕੋ ਬੁਲਾਤੇ ਹੈ ਆਡੀਟੋਰੀਅਮ ਮੈਂ ਯਹਾਂ ਪਰ, ਜੋ ਆਪ ਦੇਖੋਗੇ ਉਸਸੇ ਆਪਕੋ ਖੁਦ ਬਹੁਤ ਕੁਝ ਸਿੱਖਣੇ ਕਾ ਮੌਕਾ ਮਿਲਤਾ ਹੈ। ਤੀਸਰੀ ਬਾਤ ਇਹ ਹੈ ਕਿ ਉਰਦੂ ਕੀ ਪੰਜਾਬੀ ਕੀ ਬੁੱਕ ਮੈਂ ਹਰਿਆਣਾ ਸੇ ਬਿਲੋਂਗ ਕਰਤਾ ਹੂੰ, ਲੇਕਿਨ ਮੈਂ ਪੰਜਾਬੀ ਕੇ ਲਿਟਰੇਚਰ ਕੀ ਤਰਫ ਵੀ ਗੁਰਦਿਆਲ ਸਿੰਘ ਕੀ ਦੇਖ ਰਹਾ ਤਾਂ ਮੜੀ ਦਾ ਦੀਵਾ, ਉਸਕੀ ਇੰਗਲਿਸ਼ ਟ੍ਰਾਂਸਲੇਸ਼ਨ ਮੈਂ ਪੜ੍ਹ ਸਕਤਾ ਹੂੰ,
ਆਪਾਂ ਸੋਸ਼ਲ ਮੀਡੀਆ ਦੇ ਰਾਹੀਂ ਇੱਦਾਂ ਹੋਰ ਅਵੇਅਰਨੈਸ ਕਰੀਏ। ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਪੁਸਤਕ ਮੇਲੇ ਲੱਗੇ ਹੋਏ ਆ, ਉਹ ਮੋਬਾਈਲ 'ਚ ਇੰਨੇ ਰੁੱਝੇ ਹੁੰਦੇ ਆ ਕਿ ਉਹ ਮੋਬਾਈਲਾਂ 'ਚ ਹੀ ਰਹਿ ਜਾਂਦੇ। ਇਸ ਵਾਸਤੇ ਰੀਡਿੰਗ ਹੈਬਿਟ ਈਵਨ ਸਾਡੀਆਂ ਆਈਜ਼ ਨੂੰ ਵੀ ਸੂਦਿੰਗ ਰਹਿੰਦੀ ਹੈ, ਕਿਉਂਕਿ ਮੋਬਾਈਲ ਰੇਜ਼ ਜਿਹੜੀਆਂ ਹੈ ਆਈਜ਼ ਵਾਸਤੇ ਵੀ ਅੱਛੀਆਂ ਨਹੀਂ ਹੈ ਔਰ ਬ੍ਰੇਨ ਵੀ ਇੱਕਦਮ ਮਤਲਬ ਬੱਚਾ ਸਾਰੇ ਪਾਸੇ ਕੱਟ ਜਾਂਦਾ। ਇਹਨਾਂ ਨਾਲ ਬੁੱਕਸ ਜਿਹੜੀਆਂ ਹੈ ਬਹੁਤ ਇੰਪੋਰਟੈਂਟ ਹੈ, ਬੱਚੇ ਦੀ ਡਿਵੈਲਪਮੈਂਟ ਵਾਸਤੇ ਬਹੁਤ ਜ਼ਰੂਰੀ ਹੈ ਰੀਡਿੰਗ ਹੈਬਿਟ। ਸਰ ਤੁਸੀਂ ਕੀ ਕਹਿਣਾ ਚਾਹੋਗੇ, ਕਿਵੇਂ ਲੱਗ ਰਿਹਾ? ਬਿਲਕੁਲ ਸਰ, ਰੀਡਿੰਗ ਹੈਬਿਟ ਇਜ਼ ਵੈਰੀ ਇੰਪੋਰਟੈਂਟ ਔਰ ਇਹਦੇ ਨਾਲ ਕੀ ਹੈ ਨਾ, ਬੱਚਾ ਕਿਤਾਬਾਂ ਨਾਲ ਜੁੜਦਾ, ਪ੍ਰੇਮ ਪਏਗਾ ਬੱਚੇ ਦਾ ਕਿਤਾਬਾਂ ਦੇ ਨਾਲ। ਅਤੇ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਸੋਸ਼ਲ ਮੀਡੀਆ 'ਤੇ ਲੱਗੇ ਰਹਿੰਦੇ ਨੇ, ਉਸ ਤੋਂ ਵੀ ਬੱਚੇ ਨੂੰ ਇੱਕ ਕੁਛ ਬ੍ਰੇਕ ਮਿਲੇਗੀ ਜੇਕਰ ਉਹਦੀ ਰੀਡਿੰਗ ਹੈਬਿਟ ਹੈ। ਉਹ ਰੀਡਿੰਗ ਹੈਬਿਟ ਤਾਂ ਹੀ ਡਿਵੈਲਪ ਹੋਏਗੀ ਜੇਕਰ ਉਹ ਬੁੱਕਸ ਦੇ ਨਾਲ ਲਗਾਵ ਰੱਖੇਗਾ। ਸੋ ਇਸ ਤਰ੍ਹਾਂ ਦੇ ਜਿਹੜੇ ਬੁੱਕਸ ਫੇਅਰ ਨੇ ਕਾਫੀ ਬੈਨੀਫਿਸ਼ੀਅਲ ਨੇ ਸੋਸਾਇਟੀ ਵਾਸਤੇ ਅਤੇ ਆਪਣੇ ਸਾਰੇ ਵਾਸਤੇ। ਕੀ ਨਾਮ ਤੁਹਾਡਾ? ਰਾਜਵੀਰ। ਰਾਜਵੀਰ, ਦੱਸੋ ਕਿਵੇਂ ਇੱਥੇ ਲੱਗਿਆ ਪੁਸਤਕ ਮੇਲੇ ਦੇ ਵਿੱਚ ਆ ਕੇ, ਕਿਵੇਂ ਦਾ ਲਿਟਰੇਚਰ ਹੈ, ਪਸੰਦ ਦਾ ਲਿਟਰੇਚਰ ਮਿਲ ਰਿਹਾ, ਕਿਵੇਂ ਲੱਗ ਰਿਹਾ ਇੱਥੇ? ਹਾਂਜੀ ਸਰ, ਬਹੁਤ ਵਧੀਆ ਲੱਗ ਰਿਹਾ, ਮਤਲਬ ਹਰ ਇੱਕ ਲੈਂਗੁਏਜ ਦੀਆਂ ਬੁੱਕਸ ਨੇ, ਇੰਟਰਸਟ ਦੀਆਂ ਨੇ ਬੱਚਿਆਂ ਦੇ, ਬੁੱਕਸ ਵੱਡੀਆਂ ਵੀ ਨੇ ਛੋਟੀਆਂ ਵੀ ਨੇ, ਜੇ ਬੱਚਿਆਂ ਵਾਸਤੇ ਲੈਣੀਆਂ ਨੇ ਉਹ ਵੀ ਮਿਲ ਸਕਦੀਆਂ ਨੇ, ਜੇ ਆਪਾਂ ਹੋਰ ਵੀ ਮਤਲਬ ਆਪਣੇ ਜਨਰਲ ਨੌਲੇਜ ਦੀਆਂ ਲੈਣੀਆਂ ਜਿਵੇਂ UGC ਨੈੱਟ ਦੀਆਂ ਵੀ ਹੈਗੀਆਂ ਨੇ, ਹਰੇਕ ਤਰ੍ਹਾਂ ਦੀਆਂ ਬੁੱਕਸ ਨੇ, ਬਹੁਤ ਵਧੀਆ। ਮਤਲਬ ਯੂਨੀਵਰਸਿਟੀ ਦਾ ਤਹਿ ਦਿਲੋਂ ਧੰਨਵਾਦ ਹੈ ਵੀ ਇਹਨਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਸਾਡੇ। ਤੁਹਾਨੂੰ ਲੱਗਦਾ ਕਿ ਇੱਥੇ ਤੁਹਾਡੀ ਤਰ੍ਹਾਂ ਕਿੰਨੇ ਕੁ ਲੋਕ ਇੱਥੇ ਆਏ ਹੋਏ ਨੇ? ਤੁਹਾਨੂੰ ਲੱਗਦਾ ਕਿ ਚੰਗਾ ਰਿਸਪੋਂਸ ਹੈ, ਲੋਕ ਆ ਰਹੇ ਨੇ, ਦਿਲਚਸਪੀ ਹੈ ਲੋਕਾਂ ਦੀ ਕਿਤਾਬਾਂ 'ਚ? ਹਾਂਜੀ ਸਰ, ਮਤਲਬ ਰਿਸਪੋਂਸ ਤਾਂ ਬਹੁਤ ਕਰ ਰਹੇ ਨੇ, ਕਿਉਂਕਿ ਦਿਖ ਹੀ ਰਿਹਾ ਬੱਚੇ ਬੁੱਕਸ ਇੰਨੀਆਂ ਲਿੱਤੀਆਂ ਹੋਈਆਂ ਨੇ ਨਾ, ਅਤੇ ਵਧੀਆ ਵੀ ਲੱਗ ਰਿਹਾ। ਇੱਕ ਕਿਹਾ ਜਾਂਦਾ ਕਿ ਜਿਹੜੇ ਨੌਜਵਾਨ ਨੇ ਉਹ ਕਿਤਾਬਾਂ ਤੋਂ ਦੂਰ ਹੋ ਰਹੇ ਆ, ਮੋਬਾਈਲਾਂ ਦੇ ਵਿੱਚ ਰੁੱਝੇ ਹੋਏ ਆ, ਹਰ ਟਾਈਮ ਮੋਬਾਈਲ ਦੇ ਵਿੱਚ ਸੋਸ਼ਲ ਮੀਡੀਆ 'ਤੇ ਸਮਾਂ ਆਪਣਾ ਬਰਬਾਦ ਕਰ ਰਹੇ ਆ। ਤੁਹਾਨੂੰ ਲੱਗਦਾ ਕਿ ਘਟੀਆ ਲੋਕਾਂ ਦੀ ਦਿਲਚਸਪੀ ਕਿਤਾਬਾਂ ਦੇ ਵਿੱਚ ਜਾਂ ਪਹਿਲਾਂ ਨਾਲੋਂ ਵਧੀਆ? ਨਹੀਂ ਸਰ, ਉਹ ਤਾਂ ਗੱਲ ਠੀਕ ਹੈ ਵੀ ਮਤਲਬ ਘਟੀ ਹੈ ਦਿਲਚਸਪੀ, ਤਾਂ ਘਟੀ ਹੋਵੇ ਕਿਉਂਕਿ ਜਦੋਂ ਦੇ ਆਪਣੇ ਸੈੱਲ ਫੋਨਸ ਆ ਗਏ, ਮੋਬਾਈਲ ਫੋਨਸ ਆ ਗਏ, ਆਪਾਂ ਨਿਊਜ਼ ਪੇਪਰ ਵੀ ਸੈੱਲ ਫੋਨ ਤੋਂ ਹੀ ਪੜ੍ਹ ਲੈਂਦੇ ਹਾਂ, ਗੂਗਲ ਤੋਂ ਮਤਲਬ ਡਾਊਨਲੋਡ ਕਰ ਲੈਂਦੇ ਹਾਂ, ਘਟੀ ਤਾਂ ਹੈਗੀ ਹੈ, ਬਟ ਫਿਰ ਵੀ ਬਹੁਤੇ ਲੋਕ ਹੈਗੇ ਨੇ ਵੀ ਜਿਹੜੇ ਹੁਣ ਵੀ ਇਹਨਾਂ ਬੁੱਕਸ ਨੂੰ ਮਤਲਬ ਯੂਜ਼ ਕਰਦੇ ਨੇ, ਇੰਟਰਸਟ ਹੈਗਾ ਉਹਨਾਂ ਦਾ। ਹਾਂਜੀ, ਤੁਹਾਡਾ ਕੀ ਨਾਮ ਹੈ? ਸਰ, ਮੇਰਾ ਨਾਮ ਕੁਲਵੀਰ ਕੌਰ ਹੈ। ਕੁਲਵੀਰ, ਤੁਸੀਂ ਦੱਸੋ ਕਿਵੇਂ ਲੱਗਿਆ ਇੱਥੇ, ਕਿ ਕਿਵੇਂ ਪ੍ਰਬੰਧ ਨੇ ਇੱਥੇ, ਕਿੰਨਾ ਕੁ ਚੰਗਾ ਰਿਸਪੋਂਸ ਤੁਹਾਨੂੰ ਲੱਗ ਰਿਹਾ, ਕਿੰਨੇ ਕੁ ਲੋਕ ਆਏ ਹੋਏ ਨੇ? ਸਰ, ਦੇਖ ਕੇ ਮਤਲਬ ਕਿ ਬੜਾ ਵਧੀਆ ਲੱਗ ਰਿਹਾ ਹੈ ਕਿ ਵੀ ਹਰ ਬੱਚਾ ਅਤੇ ਹਰ ਏਜ ਦੇ ਅਕੋਰਡਿੰਗ ਜਿਹੜੀ ਇੱਥੇ ਬੁੱਕ ਹੈ ਉਹ ਜਿਹੜੀ ਇਨਵੋਲਵ ਕੀਤੀ ਗਈ ਹੈ, ਔਰ ਬੁੱਕਸ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਹਰ ਤਰ੍ਹਾਂ ਦੀ ਜਿਹੜੀ ਭਾਸ਼ਾ ਦੀ ਬੁੱਕ ਹੈ ਉਹ ਇੱਥੇ ਜਿਹੜੀ ਹੈ ਮੌਜੂਦ ਹੈ। ਅੱਛਾ, ਤੈਨੂੰ ਇੱਥੇ ਲੱਗਿਆ ਕਿ ਲੋਕਾਂ ਦੀ ਦਿਲਚਸਪੀ ਹੈ ਕਿਤਾਬਾਂ ਦੇ ਵਿੱਚ, ਲੋਕ ਪੜ੍ਹਨਾ ਚਾਹੁੰਦੇ ਨੇ ਕਿਤਾਬਾਂ? ਹਾਂਜੀ ਸਰ, ਜੋ ਇੰਟਰਸਟਿਡ ਨੇ ਉਹ ਤਾਂ ਖਰੀਦ ਰਹੇ ਨੇ, ਮਤਲਬ ਕਿ ਜੋ ਇੰਟਰਸਟਿਡ ਨਹੀਂ ਹੈਗੇ ਉਹ ਵੈਸੇ ਘੁੰਮ ਫਿਰ ਕੇ ਜਾ ਰਹੇ ਨੇ। ਸੋ ਜੋ ਅਸੀਂ ਆਪਣੇ ਇੰਟਰਸਟ ਨੂੰ ਲੈ ਕੇ ਆਏ ਹਾਂ ਵੀ ਇੱਕ ਜੋ ਸਾਡੀ ਯੂਨੀਵਰਸਿਟੀ ਵੱਲੋਂ ਇੱਕ ਉਪਰਾਲਾ ਹੈ ਕਿ ਅਸੀਂ ਜੋ ਇਸ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਹਾਂ ਤਾਂ ਸਾਨੂੰ ਆਪਣੀ ਜਿਹੜੀ ਬੁੱਕਸ ਦੇ ਨਾਲ ਉਹ ਸਾਂਝ ਪਾਉਣੀ ਚਾਹੀਦੀ ਹੈ, ਉਸ ਸਾਂਝ ਦੇ ਅਕੋਰਡਿੰਗ ਅਸੀਂ ਇੱਥੇ ਆਪਣੇ ਜਿਹੜੀ ਜਗਿਆਸਾ ਦੇ ਅਕੋਰਡਿੰਗ ਆਏ ਹਾਂ ਵੀ ਅਸੀਂ ਕੁਝ ਸਿੱਖ ਕੇ ਜਾਈਏ, ਔਰ ਇਹਨਾਂ ਬੁੱਕਸ ਦੇ ਵਿੱਚ ਜੋ ਵੀ ਸਾਨੂੰ ਜਾਣਕਾਰੀ ਹੈ ਬੁੱਕਸ ਦੇ ਪ੍ਰਤੀ, ਆਪਣੇ ਆਪ ਪ੍ਰਤੀ, ਔਰ ਜੋ ਸਾਡੀ ਜਨਰਲ ਨੌਲੇਜ, ਸਾਡੀ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਨੇ, ਉਹਨਾਂ ਦੇ ਪ੍ਰਤੀ ਜਿਹੜੀ ਜਾਣਕਾਰੀ ਉਹ ਅਸੀਂ ਲੈਣਾ ਚਾਹੁੰਦੇ ਹਾਂ। ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਪੁਸਤਕ ਮੇਲੇ ਨੇ ਉਹ ਵੱਧ ਤੋਂ ਵੱਧ ਲੱਗਣੇ ਚਾਹੀਦੇ ਆ? ਹਾਂਜੀ ਸਰ, ਵੱਧ ਤੋਂ ਵੱਧ ਲੱਗਣੇ ਚਾਹੀਦੇ ਹਨ, ਕਿਉਂਕਿ ਜਿਸ ਤਰੀਕੇ ਨਾਲ ਸਾਡੀ ਮੇਰੇ ਸਾਥੀ ਰਾਜਵੀਰ ਕੌਰ ਨੇ ਕਿਹਾ ਕਿ ਜੋ ਅੱਜ ਦਾ ਯੂਥ ਆ ਜੋ ਸੋਸ਼ਲ ਮੀਡੀਆ ਨੂੰ ਜ਼ਿਆਦਾ ਪ੍ਰੈਫਰੈਂਸ ਦੇ ਰਿਹਾ ਵੀ ਬੁੱਕਸ ਨੂੰ ਘੱਟ ਪ੍ਰੈਫਰੈਂਸ ਮਿਲ ਰਹੀ ਹੈ, ਸੋ ਜੋ ਬੁੱਕਸ ਆ ਉਹ ਸਾਡੇ ਵਿਹਲੇ ਸਮੇਂ ਦਾ ਜਿਹੜਾ ਸਦਉਪਯੋਗ ਹੈ, ਇਹ ਸਾਡੀ ਟੀਚਿੰਗ ਪ੍ਰੋਫੈਸ਼ਨ ਵਿੱਚ ਵੀ ਕਿਹਾ ਜਾਂਦਾ ਹੈ, ਜੋ ਬੁੱਕਸ ਆ ਉਹ ਸਾਡੇ ਵਿਹਲੇ ਸਮੇਂ ਦਾ ਸਦਉਪਯੋਗ ਹੈ, ਕਿਉਂਕਿ ਇੱਕ ਕਹਿੰਦੇ ਵਿਹਲਾ ਜਿਹੜਾ ਮਨ ਹੁੰਦਾ ਉਹ ਸ਼ੈਤਾਨ ਦਾ ਘਰ ਹੁੰਦਾ, ਅਗਰ ਅਸੀਂ ਬੁੱਕਸ ਨਾਲ ਸਾਂਝ ਪਾਵਾਂਗੇ ਤਾਂ ਅਸੀਂ ਬਹੁਤ ਬਹੁਤ ਕੁਝ ਸਿੱਖਣ ਨੂੰ ਮਿਲਦਾ। ਤੋ ਜੋ ਵਿਅਕਤੀ ਜਿਹੜਾ ਸਭ ਤੋਂ ਵੱਧ ਪੁਸਤਕਾਂ ਪੜ੍ਹਦਾ ਔਰ ਜੋ ਨੋਰਮਲ ਵਿਅਕਤੀ ਹੁੰਦਾ ਉਹਦੇ ਨਾਲ ਜਿਹੜੀ ਗੱਲਬਾਤ ਕਰਨ 'ਚ ਵੀ ਹੈ ਜਿਹੜੀ ਉਹਨਾਂ ਦੇ ਡਿਫਰੈਂਸ ਪਾਇਆ ਜਾਂਦਾ। ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਸਾਡੇ ਨਾਲ ਉੱਥੇ ਬਹੁਤ ਸਾਰੇ ਲੋਕ ਮੌਜੂਦ ਨੇ। ਸਰ, ਕੀ ਕਹਿਣਾ ਚਾਹੋਗੇ ਤੁਸੀਂ, ਕਿਤਾਬਾਂ ਖਰੀਦਣ ਆਏ ਹੋ ਜੀ ਇੱਥੇ, ਕੀ ਕਹਿਣਾ ਚਾਹੋਗੇ, ਕਿਵੇਂ ਲੱਗ ਰਿਹਾ? ਠੀਕ ਨੇ ਕਿਤਾਬਾਂ ਚੰਗੀਆਂ ਵਿਕਰੀ? ਬਹੁਤ ਵਧੀਆ ਜੀ, ਵੈਸੇ ਠੀਕ ਹੈ ਜੀ। ਇਹ ਦੱਸੋ ਜੀ, ਅੱਜ ਦੇ ਟਾਈਮ 'ਚ ਕਿਵੇਂ, ਕਿੰਨਾ ਕੁ ਫਾਇਦਾ ਇਸ ਤਰੀਕੇ ਦੇ ਪੁਸਤਕ ਮੇਲਿਆਂ ਦਾ, ਕਿਉਂਕਿ ਨੌਜਵਾਨ ਕਹਿੰਦੇ ਨੇ ਕਿ ਦੂਰ ਹੋ ਰਹੇ ਨੇ ਕਿਤਾਬਾਂ ਤੋਂ? ਤਾਂ ਬਹੁਤ ਹੈ ਵੈਸੇ, ਬਹੁਤ ਜ਼ਿਆਦਾ ਵੈਸੇ, ਜਿੰਨਾ ਗਿਆਨ ਵੈਸੇ ਪੁਸਤਕ ਮਿਲਦਾ ਉਹਨਾਂ ਵੈਸੇ ਉਹਦੇ 'ਚ ਨਹੀਂ ਹੈ। ਅਤੇ ਅੱਜ ਅੱਜ ਦੀ ਪੀੜ੍ਹੀ ਤੁਹਾਨੂੰ ਲੱਗਦਾ ਕਿ ਦੂਰ ਹੋਈ ਹੈ ਕਿਤਾਬਾਂ ਤੋਂ? ਹਾਂ, ਦੂਰ ਹੈ, ਕਾਫੀ ਜ਼ਿਆਦਾ ਦੂਰ। ਸਰ, ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਅੱਛੀ ਗੱਲ ਹੈ ਜੀ, ਫਾਰ ਦਾ ਕਮਿੰਗ ਜਨਰੇਸ਼ਨ, ਜੇ ਅਸੀਂ ਆਪਣਾ ਇਤਿਹਾਸ ਨਹੀਂ ਪੜ੍ਹਾਂਗੇ, ਵਰਡ ਦਾ ਇਤਿਹਾਸ ਨਹੀਂ ਪੜ੍ਹਾਂਗੇ, ਇਹ ਲਿਟਰੇਚਰ ਵੀ ਸਾਨੂੰ ਪ੍ਰਾਪਤ ਹੁੰਦਾ ਜੀ, ਕਿਉਂਕਿ ਅੱਗੇ ਚੱਲਦਾ ਰਹਿੰਦਾ ਲਿਟਰੇਚਰ, ਅਗਰ ਕਿਤਾਬਾਂ ਨਾਲ ਲਿਖੀਆਂ ਤਾਂ ਫਿਰ ਸਟੈਗਨੇਸ਼ਨ ਆ ਜਾਵੇ ਸਾਰੀ ਚੀਜ਼ 'ਤੇ। ਤੁਹਾਨੂੰ ਫਰਕ ਕੀ ਲੱਗਿਆ ਸਰ, ਤੁਸੀਂ ਜਦੋਂ ਤੁਸੀਂ ਪੜ੍ਹਦੇ ਹੋਵੋਗੇ, ਕਿਹਾ ਜਾਂਦਾ ਕਿ ਪਹਿਲਾਂ ਲੋਕ ਵੱਧ ਪੜ੍ਹਦੇ ਸੀ, ਅੱਜ ਦੇ ਨੌਜਵਾਨ ਘੱਟ ਪੜ੍ਹਦੇ ਆ? ਹੁਣ ਸਟੱਡੀ ਕੰਪਿਊਟਰਾਈਜ਼ ਬਹੁਤ ਹੋ ਗਈ ਜੀ, ਕਿਉਂਕਿ
वो पता लगे वर्ल्ड हो की रहेगा क्योंकि जो राइटर ने वह चीज़ा जिन्हें असली चीज़ा ने वह बुक से लैके आते हैं जो राइटर ने जी हिस्टोरियन जो आप कहने गए जे हिस्टरी नहीं साढ़े को असं अगर डिवेलप नहीं कर सकते एक दसो कि थानू एक किताब तुम हाथ फड़ी हुई है तो एक मोबाइल के किसी इंटरनेट साइट तो कोई किताब पढ़ रहे हो थानू फर्क लगता है कि एक किताब का एक अपना आनंद होंगे पढ़ने का बैटर किताबा ने क्योंकि जी जिस तरह ये बुक ये थोड़ा ब्रीफ मिलेगा ये डिटेल है बुक इज बैटर दैन कंप्यूटर ठीक है सर बहुत धन्यवाद साढ़े गलबात करने लिए सो हो लोग इतने मौजूद ने जी उन्होंने भी गलबात करने की लगातार कोशिश करा कि किस तरीके का लिटरेचर वो खरीद रहे हैं इतों तो किस तरीके वो महसूस कर रहे इतने आके भाई की नाम है थोड़ा करवीर सिंह जी करवीर किमें लगे इतने आके किस तरीके का साहित्य हैगा इतने किमें लग रहा कि किताबा इतने पुस्तक मेला लाया गया किमें लग रहा हाँ जी बहुत चंगा लग्या तो इतने आप देखते तकरीबन हर प्रकार का साहित्य है पंजाबी हिंदी इंग्लिश तो सारी कैटेगरी ने चाहे फिक्शन है नॉन फिक्शन है पोएट्री है सब कुछ है अच्छा ये दसो कि नौजवान पीढ़ी लैके एक गल लगातार ये सवाल उठता है कि किताबों तो दूर हो गई तुम मानते हो गल दूर हो जाए किताबों हाँ जी कुछ हद तक आप कह सकते हैं कि जिदा नौजवान पीढ़ी सोशल मीडिया से रुझी हुई है तो उनका किताबों वाल रुझान घट है वो ज़्यादातर प्रैफरेंस सोशल साइट चला प्रैफरेंस देंगे ने मेरे ख्याल सही पर तुम लगता है कि किताब पढ़ने का एक अपना आनंद है अलग हाँ जी वो गलत है जो किताब पढ़ना आनंद है वो पाठक ही जानते हैं जो पढ़ते हैं तुसी तो तुसी किस तरीके का लिटरेचर पसंद करते हो नॉवल पसंद ने कहानियां पसंद ने की पसंद मैनू नॉवल पसंद ने हाँ जी हाँ जी ऐसे कि इंतजाम लगा जो प्रबंध इतने किए हुए हैं स्टॉल लगे हुए हैं कि लोग आए हैं नौजवान खास तौर पर तो लगे कि चंगा रिस्पोंस है नौजवान हाँ जी नौ रिस्पोंस बहुत चंगा है पर देख सकते हैं ज़्यादातर नौजवान ने आले दुआले पंजे का मारी है मोस्टली यंगस्टर ने रिस्पोंस बहुत चंगा हाँ जी बहुत धन्यवाद साढ़े गलबात करने लिए सो चंगा रिस्पोंस है जी काफ़ी गिणती के नौजवान आए हुए हैं किताबा खरीद रहे हैं तो लगातार होर जो प्रकाशक ने इतने तो विक्रेता ने उन्होंने भी गलबात करने की कोशिश करा कि किताबा कि पिछले दिनों के दौरान हूँ तक लोगों ने खरीदिया ने एक छोटे जे ब्रेक ले रोकेंगे तो लगातार असं नौजवानों के गल कर रहे हैं जी इतने जो कि पुस्तक मेले के पहुँचे हुए हैं भाई थोड़ा की नाम गुरप्रीत सिंह भाई गुरप्रीत किमें लग रहा इतने आके पुस्तक मेले के किस तरीके का लिटरेचर मिल रहा है तो खास तौर के उत्ते वर्ग लग रहा है कि इतने आया हुआ है चंगी गिणती सर मोस्टली तो इतने यूथ ही आया हुआ है जोड़े बच्चे इतने पढ़ते हैं या होर ने तैयारियां त्यूरिया असं मैं भी आउटसाइड आउटसाइडर हाँ मैं आई पी एस की कोचिंग लाना हाँ जी तो दसो कि किताबों लैके जोड़ा ये किया जा रहा है कि नौजवान पीढ़ी के किताबों प्रति प्रेम घट रहा है मोबाइलों के वो ज़्यादा नज़दीक ने तो जोड़े पढ़ने वाले ने इंटरनेट के जरिए ही पढ़ने प्रेफरेंस दे रहे हैं किताबों तो दूर हो रहा तुम इस गल मानते हो हाँ जी सर बिल्कुल मानता मैं जिमें कोचिंग शुरू की ना मैं इतने यूनिवर्सिटी है जोशी ए सी जोशी लाइब्रेरी आ उतों बच्चे मतलब हरेक टेबल पर लैपटॉप ने ठीक है हरेक टेबल पर लैपटॉप तो जे कुछ उन्होंने डाउट होंगे आपकी नोट्स से पढ़ते हैं जो डाउट होंगे तो सर्च करके पढ़ते हैं बुक्स की मतलब बहुत घट रही है अहमियत कि थोड़ी मेहनत करनी पैंती है इसलिए तो किताब पढ़ना एक मेहनत वाला काम है तुम्हें मेहनत करनी पैंती है मोबाइल तो बड़ा सौखा है गूगल से सर्च मार दो चीज़ें सामने हाँ जी ये तो है पर जी चीज़ आप मोबाइल तो पढ़ ली ना वो अपन बड़ी देर चेते नहीं रहती जी आप ब्रीफ च पढ़ ली ना बुक चो वो अपने लाइफ टाइम ले आओ अपने दी इस तरीके के पुस्तक मेले का तुम की फायदा मानते हो कि नौजवान पीढ़ी को कितना फायदा है तो की तुम लगता है कि ज़्यादा गिनती च पुस्तक मेले लगने चाहिए हाँ जी सर बिल्कुल लगने चाहिए ने क्योंकि मोस्टली तो अपने हुण पिंडा पांडा जिवें माहौल भी दस्या ही नहीं जाता भी किहड़े ऑथर्स वधिया ने किहड़े राइटर्स वधिया ने हुण जिवें हुण असीं इत्थे आए हां असीं देखिया भी इन्ना कुछ है ना इन्ना भंडारा असीं बेशक वे फील्ड इस फील्ड से जाना चाहते हैं पर सानू भी इन्ना नहीं पता है ना इतने आके पता लगता भी इन्ना कुछ पिया ये बुक भी लै लो ये भी लै लो ये भी लै लो इन्हां दी हैगी महत्ता बई जी लगने चाहिए ने बहुत धन्यवाद साडे नाल गलबात करन लई सो फायदा बहुत है जी पुस्तक मेलियां दा क्योंकि बहुत तरह का नवा साहित्य जिहड़ा है उस दे नाल नौजवान रूबरू होंदे ने एक छोटे जिहे ब्रेक लई रुकांगे कुछ होर नौजवानां नाल गलबात लगातार जारी रहेगी तो इस वेले पुस्तक मेले के पंजाब भाषा विभाग के स्टॉल के कोल असीं पहुंचे हैं इत्थे तो भाई साहब इत्थे मुंजे भाजी की ना तुहाडा मनजीत सिंह है जी मनजीत जी किवें दा तुहानूं इत्थे रिस्पोंस हैगा हां वधिया रहे नौजवान खरीद रहे जी हां जी ਕਿਵੇਂ ਤੱਕ ਸਾਹਿਤ ਤੁਹਾਨੂੰ ਲੱਗਦਾ ਕਿ ਨੌਜਵਾਨ ਜ਼ਿਆਦਾ ਖਰੀਦ ਰਹੇ ਇੱਧਰ ਨੌਜਵਾਨ ਮਹਾਨ ਕੋਸ਼ ਅਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜ਼ਿਆਦਾ ਖਰੀਦ ਰਹੇ ਨੇ ਇੱਕ ਇਹ ਦੱਸੋ ਕਿ ਤੁਹਾਨੂੰ ਕਿੰਨਾ ਕੁ ਫਰਕ ਲੱਗਿਆ ਇੱਕ ਕਹਿੰਦੇ ਆ ਕਿ ਨੌਜਵਾਨ ਜਿਹੜੇ ਨੇ ਅੱਜ ਕੱਲ੍ਹ ਉਹ ਕਿਤਾਬਾਂ ਘੱਟ ਪੜ੍ਹਦੇ ਆ ਮੋਬਾਈਲਾਂ 'ਚ ਵੱਧ ਧਿਆਨ ਉਹਨਾਂ ਦਾ ਤੁਹਾਨੂੰ ਲੱਗਦਾ ਕਿ ਫਰਕ ਹੈ ਜਾਂ ਪੜ੍ਹਦੇ ਬੱਚੇ ਪੜ੍ਹਦੇ ਕਿਤਾਬਾਂ ਜੀ ਸਾਹਿਤ ਨਾਲ ਬਹੁਤ ਜੁੜੇ ਹੋਏ ਨੇ ਬੱਚੇ ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਸਾਡੇ ਮਾਂ ਸੈੱਟ ਲੱਗ ਗਏ ਨੇ ਇਹ ਜ਼ਿਆਦਾ ਖਰੀਦਦੇ ਨੇ ਬੱਚੇ ਅਤੇ ਮਹਾਨ ਕੋਸ਼ ਥੋੜ੍ਹਾ ਦੱਸੋ ਸਾਨੂੰ ਕਿਹੜੀ ਕਿਹੜੀਆਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਇੱਥੋਂ ਤੁਹਾਡੇ ਕੋਲੋਂ ਕਿਤਾਬਾਂ ਜਿਹੜੀਆਂ ਨੇ ਵੱਧ ਤੋਂ ਵੱਧ ਲੈ ਕੇ ਗਏ ਨੇ ਸਾਡੇ ਮਹਾਨ ਕੋਸ਼ ਸਾਡੇ ਵੱਧ ਸਭ ਤੋਂ ਵੱਧ ਵਿਕ ਗਈ ਹੈ ਮਹਾਨ ਕੋਸ਼ ਸਭ ਤੋਂ ਵੱਧ ਲੈ ਕੇ ਹਾਂਜੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਵਿਕ ਰਹੇ ਨੇ ਨਾਲ ਵਿਆਖਿਆ ਦੇ ਨਾਲ
ਭਾਸ਼ਾ ਵਿਭਾਗ ਦਾ ਇੱਥੇ ਸਟਾਲ ਲੱਗਿਆ ਹੋਇਆ ਜੀ ਅਤੇ ਖਾਸ ਤੌਰ ਦੇ ਉੱਤੇ ਜੋ ਸਾਨੂੰ ਦੱਸਿਆ ਜੀ ਇਹਨਾਂ ਨੇ ਮਹਾਨ ਕੋਸ਼ ਜਿਹੜਾ ਹੈ ਵੱਧ ਤੋਂ ਵੱਧ ਲੋਕਾਂ ਨੇ ਇੱਥੋਂ ਖਰੀਦਿਆ, ਇਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੀਕ ਜਿਹੜੀ ਹੈ ਇੱਥੋਂ ਖਰੀਦਣ ਵਾਲੇ ਵੱਧ ਤੋਂ ਵੱਧ ਦੋ ਪੁਸਤਕਾਂ ਜਿਹੜੀਆਂ ਨੇ ਇਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਨੇ ਇੱਥੋਂ ਇਹਨਾਂ ਦੀ ਖਰੀਦ ਕੀਤੀ ਹੈ ਅਤੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਹੋਰ ਜਿਹੜੇ ਸਟਾਲ ਨੇ ਖਾਸ ਤੌਰ ਦੇ ਉੱਤੇ ਪੰਜਾਬੀ ਭਾਸ਼ਾ ਵਾਲੇ ਉਹਨਾਂ ਦੀ ਵੀ ਤੁਹਾਨੂੰ ਤਸਵੀਰ ਵਿਖਾਵਾਂਗੇ ਕਿ ਉਹਨਾਂ ਨੂੰ ਜੋ ਉੱਥੇ ਬੈਠੇ ਹੋਏ ਨੇ ਸਟਾਲ ਦੇ ਉੱਤੇ ਪ੍ਰਸ਼ਾਦ ਪ੍ਰਕਾਸ਼ਕ ਨੇ ਅਤੇ ਜੋ ਲੋਕ ਉੱਥੇ ਮੌਜੂਦ ਨੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਚੰਗਾ ਰਿਸਪੋਂਸ ਜਿਹੜਾ ਹੈ ਉਹਨਾਂ ਨੂੰ ਪੁਸਤਕ ਮੇਲੇ ਦੇ ਵਿੱਚ ਮਿਲ ਰਿਹਾ ਹੈ। ਇਸ ਵੇਲੇ ਅਸੀਂ ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਦੇ ਸਟਾਲ ਦੇ ਵਿੱਚ ਪਹੁੰਚੇ ਹਾਂ, ਇੱਥੇ ਮੈਂ ਮੌਜੂਦ ਹਾਂ। ਮੈਮ ਕੀ ਨਾਂ ਤੁਹਾਡਾ? ਸੋਨੀਆ ਜੀ। ਸੋਨੀਆ ਮੈਮ, ਇਹ ਦੱਸੋ ਕਿ ਕਿਸ ਤਰੀਕੇ ਦਾ ਰਿਸਪੋਂਸ ਹੈ ਇੱਥੇ, ਤੁਹਾਨੂੰ ਕਿੰਨੀ ਕੁ ਗਿਣਤੀ 'ਚ ਬੱਚੇ ਆ ਰਹੇ ਆ, ਕੀ ਨੌਜਵਾਨ ਆ ਰਿਹਾ, ਕੌਣ ਜ਼ਿਆਦਾ ਤੋਂ ਜ਼ਿਆਦਾ ਆ ਰਿਹਾ? ਸਰ ਰਿਸਪੋਂਸ ਤਾਂ ਕਾਫੀ ਅੱਛਾ ਹੈ, ਬੱਚੇ ਵੀ ਆ ਰਹੇ ਅਤੇ ਜ਼ਿਆਦਾ ਕਰਕੇ ਬਜ਼ੁਰਗ ਆ ਰਹੇ ਨੇ। ਕਿਸ ਤਰੀਕੇ ਦਾ ਲਿਟਰੇਚਰ ਲੋਕ ਖਰੀਦ ਰਹੇ ਇੱਥੋਂ? ਇੱਥੇ ਜ਼ਿਆਦਾ ਬਾਬਾ ਗੁਰੂ ਨਾਨਕ ਦੇਵ ਜੀ ਦੇ ਵਿੱਚ ਲੈਂਦੇ ਆ, ਕੁਛ ਜਿਵੇਂ ਪੰਜਾਬੀ ਸਾਹਿਤਯ ਦਾ ਕੋਸ਼ ਹੈ ਇਸ ਦੇ ਬਾਰੇ 'ਚ ਲੈਂਦੇ ਪਏ। ਅਤੇ ਤੁਹਾਡੇ ਸਟਾਲ ਦੇ ਉੱਤੇ ਕਿਹੜੀਆਂ ਕਿਸ ਕਿਸ ਤਰੀਕੇ ਦੀਆਂ ਪੁਸਤਕਾਂ ਅਵੇਲੇਬਲ ਨੇ, ਨੋਵਲ ਨੇ ਜਾਂ ਕੀ ਕੀ ਕਿਸ ਤਰੀਕੇ ਦਾ ਤੁਸੀਂ ਲਿਟਰੇਚਰ? ਕੁਛ ਨਾਟਕ ਵੀ ਹੈ, ਨੋਵਲ ਵੀ ਹੈ ਅਤੇ ਟੈਕਸਟ ਬੁੱਕਸ ਵੀ ਲਗਾਈਆਂ ਹੋਈਆਂ ਸੀ ਕੁਛ ਬੱਚਿਆਂ ਦੇ ਜਿਹੜੇ ਅੰਡਰ ਗ੍ਰੈਜੂਏਟ ਪੜ੍ਹਦੇ ਆ ਉਹ ਲਈ ਲਗਾਈਆਂ ਹੋਈਆਂ। ਤੁਸੀਂ ਜੋ ਉਮੀਦ ਕੀਤੀ ਸੀ ਉਸ ਉਹਦੇ ਮੁਤਾਬਕ ਰਿਸਪੋਂਸ ਹੈ ਲੋਕਾਂ ਦਾ, ਤੁਹਾਨੂੰ ਲੋਕ ਖਰੀਦ ਰਹੇ ਆ ਕਿਤਾਬਾਂ? ਸਰ ਰਿਸਪੋਂਸ ਬਹੁਤ ਅੱਛਾ ਹੈ, ਠੀਕ ਹੈ, ਖਰੀਦ ਰਹੇ ਹਾਂ, ਡਿਸਕਾਊਂਟ ਠੀਕ ਦੇ ਰਹੇ ਹਾਂ। ਅਸੀਂ ਮੈਂਬਰਸ਼ਿਪ ਲੈ ਰਹੇ ਹਾਂ ਤਾਂ ਫਿਰ ਉਹਨਾਂ ਨੂੰ ਅਸੀਂ 50% ਡਿਸਕਾਊਂਟ ਦਿੰਦੇ ਪਏ ਹਾਂ। 70% ਡਿਸਕਾਊਂਟ? 50%। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਪੀਓ ਦਾ ਪਬਲੀਕੇਸ਼ਨ ਬਿਊਰੋ ਹੈ ਜੀ, 50% ਦਾ ਡਿਸਕਾਊਂਟ ਇਹ ਦੇ ਰਿਹਾ ਅਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਕਾਫੀ ਗਿਣਤੀ ਦੇ ਵਿੱਚ ਆ ਰਿਹਾ ਅਤੇ ਚੰਗਾ ਹੁੰਗਾਰਾ ਜਿਹੜਾ ਹੈ ਉਹਨਾਂ ਨੂੰ ਮਿਲ ਰਿਹਾ ਹੈ, ਲੋਕ ਆ ਰਹੇ ਨੇ, ਚੰਗੀਆਂ ਕਿਤਾਬਾਂ ਇੱਥੋਂ ਖਰੀਦ ਵੀ ਰਹੇ ਨੇ ਅਤੇ ਉਸਦਾ ਫਾਇਦਾ ਵੀ ਉਹ ਲੋਕਾਂ ਨੂੰ ਲਗਾਤਾਰ ਦੇ ਰਹੇ ਨੇ। ਅਤੇ ਪੁਸਤਕ ਮੇਲੇ ਦੇ ਵਿੱਚ ਅਹਿਮਦੀਆ ਮੁਸਲਿਮ ਜਮਾਤ ਦੇ ਸਟਾਲ ਦੇ ਉੱਤੇ ਅਸੀਂ ਪਹੁੰਚੇ ਹੋਏ ਹਾਂ, ਭਾਅ ਜੀ ਇੱਥੇ ਮੌਜੂਦ ਨੇ। ਭਾਅ ਜੀ ਕੀ ਨਾਂ ਤੁਹਾਡਾ? ਮੇਰਾ ਨਾਮ ਤਾਹਿਰ ਅਹਿਮਦ ਸ਼ਮੀਮ ਹੈ। ਤਾਹਿਰ ਜੀ, ਇਹ ਦੱਸੋ ਕਿ ਕਿਸ ਤਰੀਕੇ ਦਾ ਰਿਸਪੋਂਸ ਹੈ, ਤੁਸੀਂ ਪੁਸਤਕ ਮੇਲੇ ਦੇ ਵਿੱਚ ਆਏ ਹੋ, ਕਿਵੇਂ ਦਾ ਰਿਸਪੋਂਸ ਹੁਣ ਤੱਕ ਤੁਹਾਨੂੰ ਮਿਲਿਆ? ਬਹੁਤ ਅੱਛਾ ਰਿਸਪੋਂਸ ਹੈ ਔਰ ਜੋ ਹਮਨੇ ਅਭੀ ਤੱਕ ਦੇਖਾ ਹੈ, ਲੋਕ ਇਨਸਾਨੀਅਤ ਕੀ ਤਾਲੀਮ ਕੇ ਲੀਏ ਬਹੁਤ ਉਮੜ ਉਮੜ ਕਰ ਆ ਰਹੇ ਹੈ। ਲੋਕ ਹਮਸੇ ਪੁੱਛਤੇ ਹੈ ਕਿ ਯੇ ਕਿਆ ਕਨਸੈਪਟ ਹੈ, ਵਰਲਡ ਕ੍ਰਾਈਸਿਸ ਐਂਡ ਦੀ ਪਾਥਵੇ ਟੂ ਪੀਸ, ਹਮਨੇ ਇੱਕ ਬੁੱਕ ਰੱਖੀ ਹੈ ਯਹਾਂ ਪੇ, तो वो लोग ये जैसे बुक है वर्ल्ड क्राइसिस एंड द पाथवे टू पीस, इसमें यही इंसानियत का पैगाम दिया जा रहा है कि आज दुनिया जिस तरीके से तबाही के गढ़े पे जा रही है और जस्टिस दुनिया से ख़त्म हो गया, तो हमारे जो फिफ्थ सक्सेसर हैं उन्होंने यही इसमें सिख्या दी है कि हम कैसे इससे बच सकते हैं। और दुनिया के सुप्रीम लीडर्स को एक कुछ लेटर्स हैं इसमें, वो उनको लिखे हैं कि हमें आज जस्टिस की ज़रूरत है दुनिया में, वो दोबारा जस्टिस आना चाहिए और दुनिया को तबाही से बचाने की हमें बहुत ज़रूरत है। ਤੋ ਇਹ ਵੀ ਦੱਸੋ ਕਿ ਅਹਿਮਦੀਆ ਭਾਈਚਾਰੇ ਬਾਰੇ ਵੀ ਤੁਹਾਨੂੰ ਥੋੜ੍ਹਾ ਦੱਸੋ, ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅਹਿਮਦੀਆ ਭਾਈਚਾਰੇ ਦਾ ਕੀ ਪਿਛੋਕੜ ਹੈ, ਇਤਿਹਾਸ ਕੀ ਪਿਛੋਕੜ ਹੈ? ਅਹਿਮਦੀਆ ਭਾਈਚਾਰੇ ਕੇ ਬਾਰੇ ਮੈਂ ਆਪਕੋ ਇਹ ਬਤਾ ਸਕਤਾ ਹੂੰ ਕਿ ਅਹਿਮਦੀਆ ਮੁਸਲਿਮ ਸਮੁਦਾਇ ਕੇ ਸੰਸਥਾਪਕ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਅਲੈਹ ਸਲਾਮ, ਜਿਨ੍ਹਾਂ ਨੇ ਜਮਾਤ ਅਹਿਮਦੀਆ ਕੀ ਜੋ ਇੱਕ ਸੰਸਥਾ ਹੈ, ਕਮਿਊਨਿਟੀ ਹੈ, ਉਹ ਕਾਦੀਆਨ ਡਿਸਟ੍ਰਿਕਟ ਗੁਰਦਾਸਪੁਰ ਮੇ ਉਸਕੀ ਸ਼ੁਰੂਆਤ ਹੋਈ ਹੈ, ਉਸਕੀ ਬੁਨਿਆਦ ਵਹਾਂ ਰੱਖੀ। ਉਹਨੇ ਸਿਰਫ ਔਰ ਸਿਰਫ ਯਹੀ ਕਿਹਾ ਕਿ ਮੈਂ ਦੁਨੀਆ ਮੇ ਲੋਕੋਂ ਕੋ ਭਲਾਈ ਕੀ ਸ਼ਿਕਸ਼ਾ ਦੇਣੇ ਕੇ ਲੀਏ, ਭਾਈਚਾਰੇ ਕੀ ਸ਼ਿਕਸ਼ਾ ਦੇਣੇ ਕੇ ਲੀਏ ਆਇਆ ਹੂੰ, ਔਰ ਦੁਨੀਆ ਕੋ ਮੈਂ ਇਹ ਬਤਾਨਾ ਚਾਹਤਾ ਹੂੰ ਕਿ ਆਜ ਦੁਨੀਆ ਕੋ ਅਮਨ ਔਰ ਸ਼ਾਂਤੀ ਕੀ ਸ਼ਿਕਸ਼ਾ ਕੀ ਬਹੁਤ ਜ਼ਰੂਰਤ ਹੈ। ਔਰ ਉਹਨੋ ਹਮਾਰੇ ਜਮਾਤ ਅਹਿਮਦੀਆ ਕਾ ਯਹੀ ਮੋਟੋ ਔਰ ਮਕਸਦ ਹੈ ਕਿ ਲਵ ਫੋਰ ਆਲ, ਹੈਟਿਡ ਫੋਰ ਨਨ, ਮੁਹੱਬਤ ਸਭਸੇ, ਨਫ਼ਰਤ ਕਿਸੀ ਸੇ ਨਹੀਂ, ਔਰ ਸਰਵ ਧਰਮ ਸਮਾਨ ਕੀ ਸ਼ਿਕਸ਼ਾ ਹਮ ਦੂਸਰੋਂ ਕੋ ਦੇਤੇ ਹੈ, ਔਰ ਹਮ ਮੈਸੇਜ ਇਹ ਦੇਤੇ ਹੈ ਕਿ ਆਗੇ ਵੀ ਲੋਕ ਜੋ ਹੈ ਨਾ ਉਸ ਮੈਸੇਜ ਕੋ ਆਗੇ ਬਣਾਏ ਕਿ ਸਾਰੇ ਧਰਮੋਂ ਔਰ ਸਾਰੇ ਗੁਰੂਓਂ ਕਾ ਆਦਰ ਔਰ ਸਨਮਾਨ ਕਰਨਾ ਹਮਾਰੇ ਲਈ ਜ਼ਰੂਰੀ ਹੈ, ਕਿਉਂਕਿ ਸਭ ਗੁਰੂ ਔਰ ਪੈਗੰਬਰ ਜੋ ਹੈ ਨਾ ਅੱਛੀ ਸਿੱਖਿਆ ਔਰ ਅੱਛੀ ਸ਼ਿਕਸ਼ਾ ਲੈ ਕੇ ਆਏ ਹੈ, ਅਗਰ ਉਨਮੇ ਬਾਅਦ ਮੇ ਬਦਲਾਵ ਆਇਆ ਹੈ ਤੋ ਵੋ ਇਨਸਾਨ ਕੇ ਖੁਦ ਕੇ ਹਸਤਕਸ਼ੇਪ ਕੀ ਵਜ੍ਹਾ ਸੇ ਆਇਆ ਹੈ, ਹਾਲਾਂਕਿ ਕੋਈ ਵੀ ਗੁਰੂ ਔਰ ਪੈਗੰਬਰ ਜੋ ਹੈ ਉਹ ਗਲਤ ਸ਼ਿਕਸ਼ਾ ਨਹੀਂ ਲੈ ਕੇ ਆਇਆ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਅਹਿਮਦੀਆ ਜਮਾਤ ਵੱਲੋਂ ਇਹ ਸਟਾਲ ਲਾਇਆ ਗਿਆ ਜੀ, ਅਤੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਆ ਰਹੇ ਨੇ, ਚੰਗੀ ਦਿਲਚਸਪੀ ਲੈ ਰਹੇ ਨੇ ਅਤੇ ਜਿਸ ਤਰੀਕੇ ਦਾ ਲਿਟਰੇਚਰ ਉਹਦੇ ਕੋਲ ਮੌਜੂਦ ਹੈ ਅਤੇ ਉਹ ਚਾਹੁੰਦੇ ਨੇ ਕਿ ਲੋਕ ਵੱਧ ਤੋਂ ਵੱਧ ਕਿਤਾਬਾਂ ਦੇ ਨਾਲ ਜੁੜਨ ਤਾਂ ਜੋ ਹਰ ਉਹ ਚੀਜ਼ ਜਿਸ ਤੋਂ ਉਹ ਦੂਰ ਨੇ, ਜਿਸ ਬਾਰੇ ਉਹ ਨਹੀਂ ਜਾਣਦੇ, ਕਿਤਾਬਾਂ ਦੇ ਜ਼ਰੀਏ ਵੱਧ ਤੋਂ ਵੱਧ ਜਾਣ ਸਕਣ। ਅਤੇ ਪੰਜਾਬ ਯੂਨੀਵਰਸਿਟੀ ਦੇ ਪੁਸਤਕ ਮੇਲੇ ਦੇ ਵਿੱਚ ਅਸੀਂ ਮੌਜੂਦ ਹਾਂ ਜੀ, ਬਹੁਤ ਤਰ੍ਹਾਂ ਦੇ ਸਟਾਲ ਮੌਜੂਦ ਨੇ ਅਤੇ ਖਾਸ ਤੌਰ 'ਤੇ ਬੱਚਿਆਂ ਲਈ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਇੱਥੇ ਚੀਜ਼ਾਂ ਮੌਜੂਦ ਨੇ ਅਤੇ ਲੋਕ ਜਿਹੜੇ ਨੇ ਦਿਲਚਸਪੀ ਦੇ ਨਾਲ ਉਹਨਾਂ ਚੀਜ਼ਾਂ ਨੂੰ ਖਰੀਦ ਵੀ ਰਹੇ ਨੇ ਤਾਂ ਜੋ ਬੱਚੇ ਜਿਹੜੇ ਨੇ ਉਹ ਵੀ ਕਿਤਾਬਾਂ ਦੇ ਨਾਲ ਜੁੜ ਸਕਣ ਅਤੇ ਨਾਲ ਦੀ ਨਾਲ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਬਿਹਤਰ ਹੋ ਸਕੇ ਉਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਮੌਜੂਦ ਨੇ। ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਮੈਮ ਕੀ ਕਹਿਣਾ ਚਾਹੁੰਗਾ, ਕਿਸ ਤਰੀਕੇ ਦਾ ਲਿਟਰੇਚਰ ਹੈ ਇੱਥੇ, ਕਿਵੇਂ ਲੱਗ ਰਿਹਾ ਤੁਹਾਨੂੰ, ਕਿਵੇਂ ਦਾ ਰਿਸਪੋਂਸ ਹੈ? ਸਭ ਕੁਝ ਠੀਕ ਹੈ, ਟੀਚਰ ਵੀ ਬਹੁਤ ਅੱਛੇ ਹੈ, ਸਪੋਰਟਿਵ ਹੈ,
हाँ, जिस हिसाब से यहाँ आए हुए हैं तो आई एम इन इंग्लिश मेजर, सो आई एम लुकिंग फॉर फिक्शन एंड एवरीथिंग। यहाँ पे है सब कुछ रीजनेबल प्राइस। क्या जाता है कि अजकल जो बच्चे ने वो मोबाइल ज़्यादा यूज करते हैं, किताबों तो दूर हो गए, तुम मानते हो इस गल? नहीं, पर्सनली आई थिंक कि जो किताब सानू मतलब इदा किताब पढ़ के समझ आती है, मतलब ई बुक्स तो समझ नहीं आती। एंड आई एम काइंड ऑफ पर्सन जो मतलब ऐसे ही किताब पढ़ना अच्छा लगता है। थैंक यू साडे नाल गलबात करने, बहुत धन्यवाद जी। इतने मौजूद हैं सर, किस तरीके का रिस्पोंस आई तुहानू इत्थे? तुसीं रिस्पोंस है सर, बहुत बढ़िया रिस्पोंस है। किस तरीके किहड़े वर्ग के लोग ज़्यादा आ रहे हैं, नौजवान आ रहे हैं, बुजुर्ग आ रहे हैं, बच्चे किवें, कौन कौन आ रहे हैं? जो बुक लवर्स हैं वो मैक्सिमम यूनिवर्सिटी के छात्र हैं, और जो भी आस पड़ोस के हैं तो काफ़ी सब लोग अच्छा मतलब बुक परचेजर, बुक लवर। अच्छा, एक ये क्या जाता है कि अजकल किताबा नहीं पढ़ते बच्चे, मोबाइलों से ज़्यादा मशरूफ हो गए? देखो, किताब नहीं पढ़ते, मतलब आजकल जो मीडिया या जो टेक्नोलॉजी है, जो है इंटरनेट वगैरह, इस वजह से पढ़ते हैं, ऐसी बात नहीं है। लेकिन जो किताब लेके पढ़ने का जो मज़ा है वो मोबाइल तो में, हाँ जी, हाँ जी, उसमें नहीं है। अच्छा, तुहाडे कोल किस तरीके का लिटरेचर ज़्यादा तुहाडे कोल बच्चे? हमारी तो बच्चों की किताबें हैं, जो बेस्ट सेलर किताबें हैं, ऑटोबायोग्राफी है, बेस्ट सेलर है, नॉवेल फिक्शन है, कुछ लाइब्रेरी डिपार्टमेंट की किताबें भी रखते हैं हम, एजुकेशन वगैरह है, यूनिटीज़ के ऊपर किताबें रखते हैं, ठीक है, बेस्ट सेलर में। हाँ, काफ़ी चंगा रिस्पॉन्स है। सर, तुम की कहना चाहोगे, तुम इतने आए हो जी, की कहना चाहोगे, पुस्तक मेला किमें लग्या तुम्हें? मैं तो हाले हूँ आया ही हाँ, देखना शुरू किया है। अच्छा, किताबों बारे दसो कि लोगों का इंटरस्ट है किताबों पढ़ च, या तुम लगता है कि घटे है? पहले स्टूडेंट कम्यूनिटी तो हम किताबा बहुत घट खरीदती है, ऑनलाइन तो या लाइब्रेरी तो देख के कम हो जाता है, सेल्स बहुत घट गई। मेरा कहना है कि पहला लोग ज़्यादा पढ़ते थे, हूँ नहीं पढ़ते। हाँ हाँ, मतलब एकेडमिक्स इस तरह बहुत घट हो गया है, हायर एजुकेशन तक खास तौर पर बिल्कुल नहीं बिकदियाँ किताबा हूँ। अच्छा, थोड़ा लगता है कि अज्ज के टाइम पेरेंट्स का भी तो जिहड़ियां ऑर्गनाइजेशन होंदियां उन्होंने बच्चों पर प्रैशर ही बहुत होंगे कि वो अपने सब्जेक्ट वाली किताबों तो बाहर ही नहीं आ पाते, उतों तक ही सीमित होकर रह जाते हैं। हाँ, एक तो पिछले कुछ सालों तो जो इंप्लॉयमेंट नहीं मिल रही तो हम पेरेंट्स का भी इंट्रस्ट घट गया बच्चों ज़्यादा पढ़ाने का, तो फीसा बढ़ गई, पहले सबसिडाइज होंगी सी एजुकेशन, हम सबसिडाइज नहीं है। पेरेंट्स का प्रैशर होंगे बच्चों होंगे ही है, तो देखो हर पेरेंट चाहता कि बच्चे वो अच्छे कमाण, वास्ते अपने आप को तैयार कर, लेकिन हम बिजनेस इनवायरमेंट और सारा इकनोमिक इनवायरमेंट चेंज हो गया है, कंपीटिटिव काफ़ी हो गया है। ठीक है सर, बहुत बहुत धन्यवाद साडे नाल गलबात करन लई। सो एक नवी गल भी सामने आई है कि अज के दौर के बच्चों पर एक बहुत तरह का दबाव जिहड़ा होंदा है कि अपने सब्जेक्ट दीयां किताबां दे उत्ते ही ज़्यादा निर्भर करते हैं, क्योंकि उन्हां दे उत्ते दबाव होंदा है कि वध तों वध नंबर लैके आने ने, चंगे नंबर लैके आओगे तो चंगी नौकरी प्राप्त करोगे, पर साहित जिहड़ा है वो तुहाडे जीवन के वख-वख पद्धर दे उत्ते तुहानूं मदद करता है, जिंदगी दे हर पड़ाव दे उत्ते साहित जिहड़ा है तुहाडे काम आउंदा है, इसलिए साहित्यक किताबां भी जरूरी ने, ये मापिआं नूं भी समझना चाहिए तो बच्चों भी समझना चाहिए। तो इस नाल ही अज्ज दे पंजाब बोलदा चैनल जी, धन्यवाद।